NCC ਯਾਨੀ ਨੈਸ਼ਨਲ ਕ੍ਰੈਡਿਟ ਕੋਰ ਦੇ ਬੱਚਿਆਂ ਨੂੰ ਫੌਜੀ ਜੀਵਨ ਦੇ ਤਜਰਬੇ ਦੇਣ ਦੇ ਉਦੇਸ਼ ਨਾਲ 24 ਪੰਜਾਬ ਬਟਾਲੀਅਨ NCC ਵਿੰਗ ਦੇ ਲੜਕਿਆਂ ਨੂੰ ਸੈਨਿਕ ਯੂਨਿਟ ਨਾਲ ਸਮਾਂ ਬਿਤਾਉਣ ਦਾ ਮੌਕਾ ਹਾਸਲ ਹੋਇਆ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਅਕਰਨਲ ਏਐਸ ਚੋਹਾਨ ਨੇ ਦੱਸਿਆ ਕਿ ਬੱਚਿਆਂ ਨੇ ਇਸ ਮੌਕੇ ਹਿੰਦ ਇਨਫੈਂਟਰੀ ਦੇ ਅਧਿਕਾਰੀਆਂ ਨਾਲ ਉਹਨਾਂ ਦੇ ਫੌਜੀ ਤਜਰਬਿਆਂ ਨੂੰ ਸਾਂਝਾ ਕੀਤਾ ਇਸ ਮੌਕੇ ਬੱਚਿਆਂ ਨੂੰ ਤੋਪਾਂ ਟੈਂਕਾਂ ਤੇ ਹੋਰ ਹਥਿਆਰਾਂ ਨਾਲ ਨੇੜਿਓਂ ਜਾਣੂ ਕਰਵਾਇਆ ਗਿਆ ਅidene ਹਥਿਆਰਾਂ ਬਾਰੇ ਸਮਝਾਇਆ ਗਿਆ ਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਫੌਜੀ ਜੀਵਨ ਦਾ ਤਜਰਬਾ ਹਾਸਲ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਬੱਚਿਆਂ ਲਈ ਇਹ ਇੱਕ ਬਹੁਤ ਵੱਡਾ ਤਜਰਬਾ ਸੀ ਕਰਨਲ ਚੋਹਾਨ ਨੇ ਕਿਹਾ ਕਿ ਕੈਡਟਾ ਵਿੱਚ ਪੈਦਾ ਹੋਇਆ ਸੈਨਿਕ ਤਜਰਬਿਆਂ ਦਾ ਉਤਸ਼ਾਹ ਉਹਨਾਂ ਨੂੰ ਭਾਰਤੀ ਫੌਜ ਵਿੱਚ ਆਪਣਾ ਵਿਕ ਬਣਾਉਣ ਵਿੱਚ ਮਦਦ ਕਰੇਗਾ ਉਹਨਾਂ ਨੇ ਕਿਹਾ ਕਿ ਉਹ ਇਸ ਕਾਲ ਦੀ ਕੋਸ਼ਿਸ਼ ਕਰਦੇ ਰਹਿਣਗੇ ਕਿ ਕੈਡਟਾ ਨੂੰ ਭਵਿੱਖ ਵਿੱਚ ਵੀ ਅਜਿਹੇ ਤਜਰਬੇ ਸਾਂਝੇ ਕਰਨ ਦੇ ਮੌਕੇ ਉਪਲਬਧ ਹੁੰਦੇ ਰਹਿਣ